ਲੋ ਦੋਸਤੋ ਸਲਾਮ ਵਾਲੇਕੁਮ ਅੱਜ ਤੁਹਾਨੂੰ ਲੈ ਕੇ ਆਏ ਹਾਂ ਪੈਂਟਪੂਬਕ ਦੀ ਇੱਕ ਪੁਰਾਣੀ ਦਰਸਗਾ ਜਿਸ ਨੂੰ ਜਾਮੀਆ ਮਸਜਿਦ ਪੂਬਕ ਵੀ ਕਿਹਾ ਜਾਂਦਾ ਹੈ ਇਹ ਜਾਮੀਆ ਮਸਜਿਦ ਪੂਬਕ ਦੇ ਲੰਦੇ ਕਿਨਾਰੇ ਤੇ ਪਾਈ ਜਾਂਦੀ ਹੈ ਇਸ ਮਸਜਿਦ ਨੂੰ ਸਨ 1887 ਦੇ ਵਿੱਚ ਅੰਗਰੇਜ਼ ਦੌਰੇ ਹਕੂਮਤ ਦੇ ਵੇਚ ਤਮੀਰ ਕੀਤਾ ਗਿਆ ਉਸ ਦੌਰ ਵਿੱਚ ਕੱਚੇ ਗਾਰੇ ਨਾਲ ਤੇ ਨਾਲ ਲੱਕੜੀ ਦੇ ਨਾਲ ਇਸ ਸਾਰੀ ਮਸਜਿਦ ਨੂੰ ਤਮੀਰ ਕੀਤਾ ਗਿਆ ਇਸ ਮਸਜਿਦ ਦੇ ਅੰਦਰ ਦਾਖਲ ਹੁੰਦਾ ਹੈ ਸਭ ਤੋਂ ਪਹਿਲਾਂ ਤੁਹਾਨੂੰ ਇਹਦਾ ਸੇਹ ਨਜ਼ਰ ਆਏਗਾ ਤੇ ਉਹਦੀ ਤੇ ਉਹਦੇ ਸਾਹਮਣੇ ਮਸਜਿਦ ਦਾ ਕੰਬੜਾ ਹੈ ਜਿਹੜਾ ਤਿੰਨ ਦਰਵਾਜ਼ਿਆਂ ਤੇ ਮੁਸ਼ਤਮਿਲ ਹੈ ਇਸ ਦੇ ਖੱਬੇ ਸਾਈਡ ਤੇ ਵਜ਼ੂਖਾਨਾ ਤਮੀਰ ਕੀਤਾ ਗਿਆ ਹੈ ਜਿੱਥੇ ਨਮਾਜ਼ੀ ਆ ਕੇ ਵਜ਼ੂ ਕਰਦੇ ਨੇ ਤੇ ਅੱਲਾ ਨੂੰ ਯਾਦ ਕਰਨ ਵਾਸਤੇ ਖੁਦ ਨੂੰ ਤਿਆਰ ਕਰਦੇ ਨੇ ਇਸ ਮਸਜਿਦ ਦਾ شمار ਪਿੰਡ ਦੀ ਪੁਰਾਣੀ ਤਰਸਕਾਵਾਂ ਦੇ ਵਿੱਚੋਂ ਹੁੰਦਾ ਹੈ ਜਦੋਂ ਪਿੰਡ ਦੇ ਵਿੱਚ ਕੋਈ ਸਰਕਾਰੀ ਸਕੂਲ ਨਹੀਂ ਸੀ ਤੇ ਨਾ ਹੀ ਕੋਈ ਹੋਰ ਤਰ੍ਹਾਂ ਦੇ ਪ੍ਰਾਈਵੇਟ ਸਕੂਲ ਵਗੈਰਾ ਹੁੰਦੇ ਸਨ ਉਦੋਂ ਇਹ ਮਸਜਿਦ ਹੀ ਲੋਕਾਂ ਨੂੰ ਇਲਮ ਤੇ ਤਾਲੀਮ ਦੇਣ ਦਾ ਇੱਕ ਵਾਹਤ ਜ਼ਰੀਆ ਸੀ ਹੁਣ ਸਾਡੇ ਪਿੰਡ ਦੇ ਵਿੱਚ ਕਈ ਮੁੱਖ मसाजिद तमीर हो गई ने लेकिन इस मस्जिद जीडीए इस हिस्ट्री ते तारीख अपने आप मुंह बोलता सबूत है उन्नीस सौ पाकिस्तान बनन तो बाद उन्नीस सौ पंजा बवंजा इस मस्जिद को कच्ची मस्जिद को शहीद करके ते एक दफा पक्की मस्जिद बना दी गई ਅਸਲ तौर ਤੇ ਵਿੱਚ ਵੀ ਇਹਨੂੰ ਕੰਕਰੀਟ ਦੇ ਨਾਲ ਤਮੀਰ ਕੀਤਾ ਗਿਆ ਉਸ ਤੋਂ ਬਾਅਦ ਇਹਦੇ ਜਿਹੜੇ ਮੀਨਾਰ ਵਗੈਰਾ ਨੇ ਉਹ ਸਨ 1979 ਦੇ ਵਿੱਚ ਜਨਰਲ ਸਿਆਦ ਦੇ ਤੌਰ ਤੇ ਤਮੀਰ ਹੋਏ ਉਸ ਤੋਂ ਬਾਅਦ ਵੀ ਇਲਾਕੇ ਵਾਸੀਆਂ ਵਾਸਤੇ ਇਹ ਮਸਜਿਦ ਕਈ ਅਸ਼ਰਿਆ ਤੱਕ دینی ਤੇ ਦੁਨਿਆਵੀ ਤਾਲੀਮ ਦਾ ਇੱਕ ਵਾਹਤ ذریعہ ਸੀ ਉਸ ਤੌਰ ਤੇ ਵਿੱਚ ਪਿੰਡ 'ਚ ਹੋਰ ਕੋਈ ਵੱਡੀ ਮਸਜਿਦ ਨਾ ਹੋਣ ਦੀ وجہ ਤੋਂ ਪੂਰੇ ਦਾ ਪੂਰਾ ਪਿੰਡ ਜਿਹੜਾ ਇੱਥੇ ਚੁਮਾਪੜ ਆਇਆ ਹੁੰਦਾ ਸੀ ਜਿਸ ਦੀ وجہ ਤੋਂ ਇਹਨੂੰ ਜਾਮੀਆ ਮਸਜਿਦ ਵੀ ਕਿਹਾ ਜਾਂਦਾ ਹੈ جامع مسجد اس مسجد نو کہیں تے نہ جتے جمعہ اور تلمبارک دی نماز پڑھی چاندی ہوئی اس وجہ تے اے مسجد جڑی اے اے پورے علاقے تے پینڈ دی چری پرانی عمارتاں جڑیاں نے انہاں وچوں وی انہاں دا شمار ہوندا اے اس توں بعد آندا اے اے دا تیسرا بلڈنگ فیس 9 اپریل 2013 نو اے مسجد نو دوبارہ شاعت کیتا گیا کہ ਇਹਨੂੰ ਰੀਨੋਵੇਸ਼ਨ ਕਰਕੇ ਇਹਨੂੰ ਨਵੇਂ ਤੌਰ ਤਰੀਕਿਆਂ ਦੇ ਨਾਲ ਅਰਸਾ ਕੀਤਾ ਜਾਇਆ। ਪਿੰਡ ਵਾਲਿਆਂ ਦੀ ਮਿਹਨਤ ਦੇ ਨਾਲ 1 ਸਾਲ ਦੇ ਅਰਸੇ ਦੇ ਵਿੱਚ 9 ਅਪ੍ਰੈਲ 2014 ਦੇ ਵਿੱਚ ਇਸ ਮਸਜਿਦ ਦੀ ਤਮੀਰ ਤੋਂ ਬਾਰਾਮੁਕਮਲ ਹੋਈ ਤੇ ਅਜੇਰਾ ਡਾਂਚਾ ਤੁਸੀਂ ਮਸਜਿਦ ਦੇ ਦੇਖ ਰਹੇ ਹੋ ਇਹ ਉਸ ਜ਼ਮੀਰ ਦਾ ਹਿੱਸਾ ਹੈ। 2014 ਤੋਂ ਲੈ ਕੇ 2024 ਤੱਕ ਆ ਇਸ ਮਸਜਿਦ ਦੀ ਤਮੀਰ ਨੂੰ ਸਟਾਰਟ ਹੋਏ 10 ਸਾਲ ਹੋ ਚੁੱਕੇ ਨੇ ਲੇਕਿਨ ਇਸ ਮਸਜਿਦ ਦੀ ਪੂਰੀ ਤਮੀਰ ਜਿਹੜੀਓ ਅਜੇ ਤੱਕ ਮੁਕੰਮਲ ਨਹੀਂ ਕੀਤੀ ਜਾ ਸਕੀ। ਇਸ ਚੀਜ਼ ਦੀ ਇੱਕ ਮੇਜਰ وجہ ਤੁਸੀਂ ਜਿਹੜੀ ਨੌਜਵਾਨ ਨਸਲ ਲਈ ਇਹਦੀ ਦੀਨ ਦੇ ਵਿੱਚ ਅਦਮ ਦਿਲਚਸਪੀ ਨੂੰ ਵੀ ਕਹਿ ਸਕਦੇ ਹੋ ਇਸ ਮਸਜਿਦ ਦੇ ਅੰਦਰ ਇੱਕ ਦਰਬਾਰ ਸ਼ਰੀਫ ਵੀ ਆਂਦਾ ਹੈ ਜਿਹਨੂੰ ਅਸੀਂ ਬਾਬਾ ਲਾਹੌਰੀ ਸ਼ਾਹ ਕਹਿੰਦੇ ਹਾਂ ਬਾਬਾ ਲਾਹੌਰੀ ਸ਼ਾਹ ਦਾ ਮਜ਼ਾਰ ਇਸ ਮਸਜਿਦ ਦੇ ਨਾਲ ਹੀ ਵਾਕਿਆ ਹੈ ਜਿਹਦੇ ਤੇ ਹਰ ਸਾਲ ਇੱਕ ਮੁਖਤਲਿਫ ਮੇਲਾ ਵੀ ਮੁਨਕਦ ਕੀਤਾ ਜਾਂਦਾ ਹੈ ਤਕਰੀਬਨ ਡੇਢ ਸੌ ਸਾਲ ਵਾਲੀ ਇਸ ਮਸਜਿਦ ਦੀ ਤਰੀਕ ਦੇ ਵਿੱਚ ਕਈ ਲੋਕ ਐਸੇ ਨੇ ਜਿਨ੍ਹਾਂ ਆਪਣਾ ਕਿਰਦਾਰ ਅਦਾ ਕੀਤਾ ਹੈ ਤੇ ਇਸ ਮਸਜਿਦ ਨੂੰ ਇਸ ਮਕਾਮ ਤੱਕ ਪਹੁੰਚਾਇਆ ਹੈ ਮੇਰੇ ਨਜ਼ਦੀਕ ਉਹਨਾਂ ਵਿੱਚ ਸਭ ਤੋਂ ਅਹਿਮ ਕਿਰਦਾਰ ਜਿਨ੍ਹਾਂ ਦਾ ਉਹਨਾਂ ਦਾ ਨਾਮ ਮੌਦੀ ਮੁਹੰਮਦ ਸਾਹਿਬ ਜਿਨ੍ਹਾਂ ਨੂੰ ਅਸੀਂ ਪਿਆਰ ਦੇ ਨਾਲ ਪਿੰਡ ਵਿੱਚ ਪਾਸਾ ਜਾ ਵੀ ਕਹਿੰਦੇ ਆ ਇਹ ਉਹ ਇਨਸਾਨ ਹੈ ਜਿਨੇ ਆਪਣੀ ਜ਼ਿੰਦਗੀ ਦੇ 50 ਤੋਂ ਜ਼ਿਆਦਾ ਸਾਲ ਇਸ ਮਸਜਿਦ ਨੂੰ ਸਿਰਫ ਇਸ ਮਸਜਿਦ ਦੀ ਖਿਦਮਤ ਉਹਦੇ ਦਿੱਤੇ ਨੇ ਤੇ તે तकरीबन 30 સાલ ਤੋਂ ਇਸ મસ્જિદ તેજ કુરાની કરીમ દીતલિમ بچયાનો বিনা kisi માફિયા તો દે રહેને અસી ભી ઉનકોનો એક કુરાન શરીફ દીતલિમ حاصل કીતી હોના તો અલાવા મસ્જિદ દી ખિદમત કરનાલે તે ઇંતઝામી અમૂર નુ હેન્ડલ કરનાલે وچોને માસ્ટર મુહમ્મદદીન ફોજી મુહમ્મદ મહેમૂદ मरहूम चाचू आरफ दुकानदार मरहूम बाबा मोहम्मद शफी मरहूम मास्टर मोहम्मद जबेद और मास्टर मोहम्मद खान ने इन तो अलावा भी और कई खिदमतकार ने जिन्हें अपनी जिंदगी इस मस्जिद की खिदमत की मैं उन्होंने सब नुनिया तो चले गए ने उन्होंने इस मस्जिद की हिफाजत का शुक्रिया अदा कर